ਤੂੰ ਮਾਮਾ ਸਿਰ ਜਾ ਸੁੱਟੀ ਬੈਠਾ ਜਿਵੇਂ ਦੁੱਧ ਦਾ ਚਲਾਨ ਕੱਟਿਆ ਗਿਆ ਹੁੰਦਾ ਕੀ ਗੱਲ ਹੋ ਗਈ? ਉਹ ਗੱਲਾਂ ਕਰਦੇ ਕਰਦੇ ਹੈਪੀ ਨਾਲ ਤੁਰ ਗਏ ਪਰਾਂ ਨੂੰ ਉਧਰ ਨੂੰ। ਅੱਛਾ। ਤੇ ਕਹਿੰਦਾ ਹੈਪੀ ਕਹਿੰਦਾ ਕੋਈ ਲਾਉਣੇ ਆ ਸਕੀਮ ਦਾ ਪਾਰਟੀ ਪੂਰਟੀ ਕਰਨ ਵਾਸਤੇ ਪੈਸੇ ਬਣਾਉਣੇ ਕਦੋਂ। ਹਾਂ ਹਾਂ। ਤੂੰ ਉਹ ਕੰਮ ਕਰੀ ਜਾਂਦੇ ਪੂਲਾ ਉੱਥੇ। ਤੇ ਉਹਨੂੰ ਗੱਲਾਂ ਗੁੱਲਾਂ ਜਿਹਾ ਬੜਾ ਅਲਝਾਇਆ। ਅੱਛਾ। 500-400 ਲੈ ਗਿਆ ਤੂੰ, ਤੈਨੂੰ ਪਤਾ ਉਹ ਤੇਜ਼ ਬਹੁਤ ਆ। ਉਹ ਅਸੀਂ ਲੈਣ ਗਏ ਸੀ 500 ਤੋਂ। ਲਾ ਗਿਆ ਹੋਣਾ ਲੋਦਾ ਸਾਥੋਂ ਲੈ ਗਿਆ ਭਰਾਵਾ ਹਿਸਾਬ ਚਾਹੁੰਦਾ ਕਿਸੇ ਦੇ। ਉਹਨੇ ਅੱਗੇ ਵੀ ਦੋ ਤਿੰਨਾਂ ਦੀਆਂ ਪੁੱਛੀਆਂ ਪੁਆਈਆਂ। ਬਹੁਤ ਹੱਥ ਲਵਾ ਅਗਲਾ। ਬਹੁਤ ਤੇਜ਼ ਆ, ਬਹੁਤ ਤੇਜ਼ ਆ ਵਾਕਈ। ਨਹੀਂ ਪਰ ਤੇਜ਼ ਨਹੀਂ ਗੱਲ ਸੁਣ ਮੇਰੀ। ਆਪਾਂ ਉਹਦੇ ਨਾਲ ਆਪ ਲਿਆਉਣਾ ਕਿ ਹਿਸਾਬ ਕਿਤਾਬ ਜੋ ਵੀ ਨਾ ਕਰਾਂਗੇ ਹਿਸਾਬ ਕਿਤਾਬ ਯਾਰ ਕੋਈ ਨਾ ਕੋਈ ਲਾ ਵੀ ਲਾਉਣੇ ਆ ਸਕੀਮ ਲਾਉਣੇ ਆ ਕੋਈ ਲਾ ਕੋਈ ਨਾ ਕੋਈ ਕਰ ਸਿਰ ਜਾ ਸੁੱਟ ਕੇ ਨਾ ਬੈਠ। ਨਹੀਂ ਸਿਰ ਸੁੱਟਣ ਨੂੰ ਕੋਈ ਨਹੀਂ, ਆਪਾਂ ਕਰਦੇ ਹੱਲ ਕਰਨਾ ਤਾਂ ਜ਼ਰੂਰ ਹੱਲ ਕਰਾਂਗੇ ਕੋਈ ਨਾ, ਕੱਢਦੇ ਆ ਸਕੀਮ ਕੋਈ ਨਾ ਕੋਈ ਬਣਾ ਕੋਈ। ਆ ਬੜੀਆਂ ਜੋੜੀਆਂ ਰਲਾਈਆਂ ਹੋਵੇ, ਇਹ ਕਿੱਥੋਂ ਲਿਆਂਦੇ ਗੁਰੂਆ? ਇੱਕੋ ਜਿਹੀ ਆ ਹੈ ਡਹਿ ਹਨ। ਕੀ ਚੀਜ਼ ਆ ਡਹਿ ਹਨ? ਕੁੱਤੇ ਡਹਿ ਹਨ? ਕਿੱਥੇ ਡਹਿ ਹਨ? ਕੁੱਤੇ ਕੁੱਤੇ ਕੀ ਗੱਲ ਸੁਣੋ, ਕੁੱਤੇ ਬੜੇ ਵਧੀਆ ਤੂੰ ਮੈਨੂੰ ਵੇਚ ਦੇ। ਤੂੰ ਕੀ ਦੇਂਗਾ? ਦੇਣਾ ਕੀ ਆ ਕੁੱਤੇ ਦੇ ਦੇ ਪੈਸੇ ਲੈ ਲੈਣੇ ਦੇਣੇ। ਕਿੰਨੇ ਦੇਂਗਾ ਤੂੰ ਦੱਸ? ਕਹਿੰਦੇ ਕੁੱਤੇ ਤੇਰੇ, ਤੂੰ ਕਰ ਭਾ ਕੀ ਕਰਨਾ ਸਟਾਰਟ। 800 ਦੇ। 800? ਨਹੀਂ ਨਹੀਂ ਨਹੀਂ, ਨਿਕੇ ਨਿਕੇ ਤੇ ਕਤੂਰੇ ਤੇ ਹੈਗੇ 800 ਰੁਪਏ ਰੁਪਈਆ ਮੇਰੇ ਸੋਲਾ ਗੱਲ ਰੁਪਈਆ ਤੂੰ ਤੈਨੂੰ 300 ਦੋਵਾਂ ਕੁੱਤਿਆਂ ਦਾ ਹੈਂ? ਨਹੀਂ ਮੰਨਦਾ ਲੈ ਲਾ ਚੱਲ ਤੇ 300 ਤੇ 350 ਲੈ ਲਾ। ਤੂੰ ਵੀ ਘੱਟ ਕਰ ਕੋਈ, ਕਿ ਮੈਂ ਇਕੱਲਾ ਹੀ ਕਰੀ ਜਾਵਾਂ ਥੋੜ੍ਹਾ ਦੱਸ। ਬਹੁਤ ਹੈਂ? 500 ਨੇ ਧੱਕਾ ਆਣਾ, ਮੈਂ ਗਰੀਬ ਆਦਮੀ ਕਰੂੰਗਾ, ਮੈਂ 500 ਰੁਪਏ ਲੈ ਕੇ ਕਰਨੇ। ਮੈਂ ਚੱਲ ਲੈ ਲੈਂਦਾ ਵਧੀਆ ਸੋਹਣ ਦਾ ਸ਼ੋਅ ਪੀਸ ਲਾਵਾਂਗੇ। ਚੱਲ ਜਾਏ ਗਾਏ ਕਰ 400 ਲਾ ਲਾ ਹੈਂ, ਲੈ ਆਹ ਤੇਰੇ 400 ਰੁਪਏ ਖੋਸੇ ਹੋਣ ਵਾਲੇ ਸੀ ਯਾਰ। ਗੁਰੂਆ 400 ਨੇੜਾ, ਮੈਂ ਪਿੰਡ ਵੀ ਜਾਣਾ ਹੀ ਅਜੇ। ਚੱਲ ਲੈ ਲਾ ਮੇਰਾ ਵੀਰ ਰੱਖ ਲਾ, ਕਤੂਰੇ ਮੈਨੂੰ ਫੜਾ ਨਾ, ਦੰਦੀ ਦੁੰਦੀ ਤੈਨੂੰ ਵੜਦੇ ਇਹ ਨਾ ਮਾਮਾ ਵਿੱਚ ਮੈਨੂੰ ਲਕਾਕ ਹੋਇਆ ਫਿਰ। ਉਹਦੇ ਗੁਰੂਆ ਗਲ ਚੋਂ ਲੈ ਗਏ ਜਗਾੜ ਦਿਆ ਜੀ। ਡੱਬ ਜਾਣਿਆ ਹੈ ਕਿ ਨਹੀਂ ਆਉਣਾ? ਮੋਟਰ ਮਾਰ ਦੂ ਪੁੱਟ ਕੇ ਭੁੱਖਾ ਤੇ ਗੋ ਛੱਡ ਤੂੰ, ਇਹ ਮੈਨੂੰ ਚਾਹੀਦੇ ਮੈਂ ਬੜੇ ਮਹਿੰਗੇ ਵੇਚ ਲੈਣੇ। ਚੰਨੇ ਨੂੰ ਮੈਂ ਮੋਟਰ ਕੱਢ ਕੇ ਵੇਖ ਕੇ ਸੜੀ ਆ, ਕੀ ਗੱਲ ਜੋੜ ਜਾੜ ਪਟਾਕਾ ਠੱਗੀ ਮੈਂ ਕਿਹਦੇ ਨਾਲ ਮਾਰੀ ਆ ਵੀਰ? ਸਾਡੇ ਨਾਲ ਮਾਰੀ ਠੱਗੀ? ਮੈਂ ਤੇ ਅਜੇ ਤੱਕ ਕਿਸੇ ਦਾ ਵੀਰ ਰੁਪਈਏ ਦਾ ਰੋਏਦਾਰ ਹੈ ਨੀਗਾ। ਮੇਰਾ ਤੋਂ ਲਿਆ ਨੀ 500 ਥੋੜੇ ਦਿਨ ਪਹਿਲਾਂ ਤੇ 500 ਦੇ ਵੀਰ ਜੀ ਤੁਸੀਂ ਸ਼ਰਤਾਂ ਰਹੀ ਸੀ। ਸ਼ਰਤ ਕਾਹਦੀ ਲਾਈ ਤੁਸੀਂ? ਇੱਥੇ ਮੈਨੂੰ ਕੋਈ ਬੰਦਾ ਆ ਕੇ ਖਲੋ ਕੇ ਕਹਿ ਦੇਣਾ ਵੀ ਸ਼ਰਤ ਦੀ ਕੋਈ ਠੱਗੀ ਹੁੰਦੀ ਆ ਤੇ ਜਾਓ ਜੋ ਮਰਜ਼ੀ ਕਰ ਲਿਓ। ਤੁਸੀਂ ਵੀ ਮੇਰੇ ਨਾਲ ਸ਼ਰਤ ਲਾਈ ਸੀ ਨਾ, ਲਾਈ ਕਿ ਨਹੀਂ ਲਾਈ? ਤੇ ਫਿਰ ਤੁਸੀਂ ਠੱਗੀ ਨਹੀਂ ਮਾਰਨੀ ਜੇ ਮੈਂ ਹਾਰ ਜਾਂਦਾ? ਲਾਈ ਤਾਂ ਤੂੰ ਸਕੀਮ ਹੀ ਆ। ਚੱਲ ਹੁਣ ਜਿਹੜੀ ਗੱਲ ਕਾਹਦੀ ਲਾਈਆਂ ਭਰਾ, ਤੁਸੀਂ ਤਕੜੇ ਬੰਦੇ, ਮੈਂ ਮਾਤੜ ਬੰਦਾ, ਗੱਲ ਕਾਹਦੀ ਮੈਨੂੰ? ਤੁਸੀਂ ਦੀ ਗੱਲ ਨਹੀਂ ਵੀਰ। ਚਲੋ ਮੇਰੇ ਵੀਰ ਬਹੁਤ ਕੋਈ ਗੱਲ ਨਹੀਂ, ਛੱਡੇ ਚੋ ਗੁੱਸਾ ਹੋ ਗਿਆ, ਆਪਾਂ ਕੋਈ ਗੱਲ ਨਹੀਂ ਕਰ ਲਾਂਗੇ ਵੱਧ ਘਾਟ। ਬਹੁਤ ਮੇਰੇ ਵੀਰ, ਤੇ ਰੋਟੀ ਤੁਹਾਡੀ ਮੈਂ ਕਹਿੰਦਾ ਇਹਨੂੰ ਕੁੱਤੇ ਨੂੰ, ਤੇ ਭਰਜਾਈ ਤੁਹਾਡੀ ਰੋਟੀ ਪਕਾਉਂਦੀ ਯਾਰ। ਉਹ ਬਹਿ ਜਾ ਕੋਈ ਗੱਲ ਨਹੀਂ, ਰੋਟੀ ਖਾ ਕੇ ਜਾ, ਤੁਸੀਂ ਏਡੀ ਦੂਰੋਂ ਆਏ ਜੇ। ਚੱਲ ਚਲੋ ਦੋ ਬੰਦਿਆਂ ਨੇ ਜਾ ਕੇ ਰੋਟੀ ਕਾ, ਚੱਲ ਵਾਜਾ
ਤੇ ਮੇਰਾ ਵੀਰ ਤੁਸੀਂ ਇੱਥੇ ਬਹੁਤ 10 ਮਿੰਟ ਤੇ ਮੈਂ ਮਾੜੇ ਪੱਠੇ ਵੱਢ ਲਾਂ। ਆਹੋ ਕੋਈ ਗੱਲ ਨਹੀਂ ਚੰਗਾ। ਚੱਲ ਮਨਾ ਚੁੱਕ ਸਰੀਰ ਇਹਨਾਂ ਦੇ ਮੂੰਹ ਦੇ ਪਰਾਂ ਨੂੰ ਅਤੇ ਭੱਜ ਕੇ ਜਾ ਕੇ ਘਰ ਸੁਣਾ ਦੇ ਆਵਾਂ ਰੋਟੀਆਂ ਦਾ। ਇਹਨਾਂ ਨੂੰ ਲੱਗੂ ਵੀ ਕੁੱਤਾ ਸੁਣਾ ਦੇ ਕੇ ਆਇਆ। ਇਹਨਾਂ ਦੀਆਂ ਪਲਵਾਉਣਾ ਫੇਰ ਠਿੱਬੀਆਂ ਮੈਂ। ਗੱਲ ਸੋਲਾਂ ਬੋਲੀਏ। ਠੰਡੀਆਂ ਹੁੰਦੀਆਂ ਕਿੱਥੇ ਮਰੇ ਹੋ? ਠੀਕ ਆ, ਲਾ ਛੱਡੀ। ਹੁਣ ਮੈਂ ਬੰਦੇ ਲੈ ਕੇ ਲੱਗਾ ਹੀ ਆਉਣ, ਭਾਏ ਮੈਂ ਮੋਟਰ ਤੇ ਹੁਣ ਮੈਂ ਲੈ ਕੇ ਆਉਂਦਾ ਉਹਨਾਂ ਨੂੰ ਤੇ ਲਾ ਛੱਡੀ ਰੋਟੀ। ਮੈਨੂੰ ਨੀ ਲੱਗਦਾ ਰੋਟੀ ਰਾਟੀ ਮਿਲੂਗੀ ਆਪਾਂ ਕੁੱਤਿਆਂ ਦੇ ਹੱਥ ਪਤਾ ਭਰਾਵਾ, ਲੱਗਦਾ ਤਾਂ ਮੈਨੂੰ ਵੀ ਆ, ਬਾਕੀ ਵੇਖੋ ਨਾ, ਚੱਲ ਦੇਖਦੇ ਜਾ ਕੇ ਕੀ ਬਣਦਾ। ਵੇਹਣੇ ਆ, ਲੱਗਦਾ ਤਾਂ ਮੈਨੂੰ ਵੀ ਨੀ, ਸਾਲਾ ਤੇਜ਼ ਬਹੁਤ ਆ ਲੰਘਾ। ਪੱਕੀ ਨੀ ਰੋਟੀ? ਪੱਕੀ ਆ, ਕਹਿੰਦੇ ਮੈਂ ਤਾਂ ਕੁੱਤੇ ਦਾ ਸੁਨੇਹਾ ਦਿੱਤਾ ਮੈਨੂੰ ਆ ਕੇ, ਕਿਹੜਾ ਟਾਈਮ ਹੋ ਗਿਆ ਰੋਟੀ ਪੱਕੀ ਨੂੰ, ਮੈਂ ਡਿੱਗੀ ਨੀ ਕੁੱਤੇ ਦਾ ਵਾਰ ਵਾਸਤਾ ਆਈ ਜਾਂਦਾ ਰੋਟੀ ਬਣਾਓ ਰੋਟੀ ਬਣਾਓ, ਮੈਂ ਤਾਂ ਉਹਦੇ ਤਿਆਰ ਕਰਦੀ। ਫਿਰ ਪਾ ਫਿਰ ਰੋਟੀ ਵੇਹਣੇ ਕੀ ਜਾਣਾ? ਆਈ ਆ ਬੈਠੋ, ਚਲੋ ਆਓ ਬਾਬਾ, ਆ ਰਹੇ ਰੋਟੀ ਖਾਓ। ਗੰਦ ਪਾਇਆ ਜਨਾਨੀ ਨੂੰ ਬਾਬਾ, ਫਿਰ ਆਪਣੇ ਲੰਗੜਾ ਪੱਲੇ ਪਾਇਆ। ਰੋਟੀ ਦਾ ਆ ਗਿਆ ਨਜ਼ਾਰਾ ਖਾ ਕੇ ਯਾਰ, ਰੋਟੀ ਦਾ ਛੱਡ। ਹਾਂ, ਕੁੱਤਾ ਦੇ, ਕੁੱਤਾ ਕਮਾਲ ਹੈ, ਕਹਿਣ ਲੱਗਿਆ ਸੀ ਯਾਰ ਕੋਈ ਬੜਾ ਵਧੀਆ। ਇਹ ਕਿੱਥੋਂ ਲਿਆਇਆ ਜੀ? ਪਤਾ ਨਹੀਂ ਭਰਾਵਾ ਲੈ ਕੇ ਕਿੱਥੋਂ ਆਇਆ, ਪਰ ਆਪਣੇ ਕੋਲ ਮੌਕਾ ਹੁਣ, ਜਿਹੜੀ ਆਪਾਂ ਉਦਣ ਤੈਨੂੰ ਕਹਿੰਦਾ ਸੀ ਨਾ ਵੀ ਲਾਵਾਂਗੇ ਸਕੀਮ ਕਿਸੇ ਦਿਨ, ਮੌਕਾ ਅੱਜ, ਸਮਝ ਗਿਆ ਨਾ ਮੇਰੀ ਗੱਲ? ਲਾਈਏ ਸਰ, ਸਮਝ ਅੱਜ ਆਪਾਂ ਕਰੀਏ ਗੱਲ ਪੂਲੇ ਨੂੰ, ਹੈਨਾ? ਹਾਂ ਹਾਂ, ਉਹਨੇ ਬੰਦਾ ਨੂੰ ਅੱਜ ਪੂਲਿਆ। ਗੱਲ ਸੁਣੀ ਯਾਰ ਵੀਰ, ਗੱਲ ਕਰਨੀ ਤੇਰੇ ਨਾਲ ਇੱਕ। ਕਰੋ। ਹਾਂਜੀ, ਗੱਲ ਇਹ ਸੀ ਵੀ ਯਾਰ ਜਿਹੜਾ ਕੁੱਤਾ ਫਿਰਦਾ ਆਪਣੇ ਘਰੇ ਉਹ ਸਾਨੂੰ ਵਧੀਆ ਲੱਗਿਆ, ਤੇ ਉਹਦਾ ਫਿਰ ਯਾਰ ਪੁੱਛਦੇ ਸੀ ਵੀ ਤੈਨੂੰ ਕੀ ਹਿਸਾਬ ਕਿਤਾਬ ਲਾਏਗਾ ਜੇ ਦੇਣਾ ਦੇਣਾ ਤੂੰ। ਪਰ ਕੁੱਤਾ ਇਹ ਆ ਵੀ ਭਾ ਦਾ ਤੈਨੂੰ ਵੇਖ ਲਾ, ਕੁੱਤਾ ਕਿੱਦਾਂ ਬਾਤਾਂ ਪਾਉਂਦਾ, ਆ ਕੇ ਸਾਰਾ ਸੁਣਾ ਦਿੱਤੇ ਕਿ ਨਹੀਂ ਉਹਨੇ? ਭਰਾਵਾ ਤਾਂ ਹੀ ਤਾਂ ਕਹਿੰਦਾ ਪਸੰਦ ਆਇਆ, 5 ਰੁਪਏ ਦਾ, 5500 ਰੁਪਇਆ ਕੁੱਤੇ ਦਾ ਲੱਗਾ, ਰੁਪਇਆ 5500 ਘੱਟ ਨਹੀਂ ਦਿੰਦਾ ਉਹ। ਨਹੀਂ ਗੱਲ ਸੁਣ, ਗੱਲ ਸੁਣ, ਸੌਦੇ ਵਾਲੀ ਗੱਲ ਕਰ, ਕੁੱਤਾ ਦੇਣਾ ਤੇਰੇ ਨਾਲ ਭਾਈਚਾਰਾ ਠੀਕ ਆ ਭਰਾ? ਚਲੋ ਤੁਸੀਂ ਮੇਰੇ ਭਰਾ ਜੇ, ਮੈਂ ਦੇਣਾ ਨਹੀਂ ਕੁੱਤਾ, ਮੈਨੂੰ ਕੁੱਤਾ ਆਪਣਾ ਘਰ ਵਾਂਗੂ ਐਂ ਰੱਖਿਆ, ਕੁੱਤਾ ਦੇਣਾ ਨਹੀਂ, ਚੱਲ ਤੁਸੀਂ ਮੇਰੇ ਭਰਾ ਜੇ, ਤੁਸੀਂ ਜਾ ਛੱਡੇ, ਜਾਣ ਛੱਡੀ, ਰੁਪਈਆ ਮੈਨੂੰ ਤੁਸੀਂ 4500 ਦੇ ਦਿਓ। 4500 ਨਹੀਂ, ਰੁਪਈਆ 1000 ਦੇ ਦਿੰਦੇ। 1000 ਰੁਪਈਆ ਯਾਰ, ਮਜ਼ਾਕ ਕਿਉਂ ਕਰਦਾ ਕੁੱਤਾ, ਵੇਖਣਾ ਤੂੰ। ਠੀਕ ਆ ਯਾਰ, ਪਰ ਹੈ ਤਾਂ ਕੁੱਤਾ। ਨਹੀਂ ਨਹੀਂ, ਇਹਨੇ ਆਪਣਾ ਭਾ ਨਹੀਂ ਬਾਨਾ ਪਾਇਆ ਮੈਂ। ਚੱਲ ਹੋਰ ਲੈ ਲਈ, ਹੋਰ ਲੈ ਲਈ, 200 200। ਨਹੀਂ ਨਹੀਂ, 200 ਨਹੀਂ, ਚੱਲ ਤੂੰ 4000 ਰੁਪਈਆ, ਜਾਂ ਮੈਂ ਹੋਰ 1000 ਰੁਪਈਆ ਥੱਲੇ ਸੁੱਟ ਦੇਣਾ, ਰੁਪਈਆ ਜਾਂ 3500 ਦੇ ਦੀ, ਠੀਕ ਆ? ਨਹੀਂ, 5000 5500 ਨਹੀਂ, ਤਾਂ ਸੌਦੇ ਵਾਲੀ ਗੱਲ ਕਰ ਯਾਰ, ਸੌਦੇ ਧੱਕਾ ਨਾ ਕਰ ਗੁਰੂਆ, ਮੈਂ ਵੀ ਗਰੀਬ ਆ ਇੰਨੇ ਟਾਈਮ ਦੀ। ਠੀਕ, ਨਹੀਂ ਨਹੀਂ, ਮੈਂ ਫਿਰ ਘਾਟਾ ਹੀ ਪੈਣ ਡਿਆ, ਮੈਂ ਵੇਖ ਲਾ, ਮੈਂ ਮਹਿੰਗਾ ਔੜਾ ਲਿਆ ਕੁੱਤਾ, ਨਾਲੇ ਕੁੱਤਾ ਵੇਖ ਲਾ ਤੇਰੇ ਸਾਹਮਣੇ ਆ, ਬੰਦਾ ਰੱਖਣ ਦੇ, ਇੱਕ ਬੰਦੇ ਦਾ ਪੂਰੇ ਦਾ ਕੰਮ ਕਰਦਾ। ਚੱਲ ਚੱਲ, ਮੇਰੀ ਗੱਲ ਸੁਣ, 2500 ਰੁਪਇਆ ਦੇ ਦਿੰਦੇ, ਜਾ ਤੇਰੀ ਨਾ ਮੇਰੀ, ਜਾ ਤੇਰੀ ਨਾ ਮੇਰੀ, ਰੁਪਈਆ 3000 ਦੇ ਦੇ ਗੱਲ ਬੇਟਾ, ਚੱਲ ਦੇ ਦੇ ਯਾਰ। ਠੀਕ ਆ, ਚੱਲ ਠੀਕ 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 ਸਾੜੇ ਜਾਂਦੇ ਫੂਕੇ ਨਾ ਬੱਤੇ ਜਾਂਦੇ ਆਪਣੀ ਬੋਲੀਏ।